ਤਰੀਕ ਨੂੰ ਫਿਲਮ ਰਿਲੀਜ਼ ਹੋ ਰਹੀ। ਬਾਬੇ ਦੇ ਮੱਥਾ ਟੇਕਣ ਆਇਆ ਸੀ ਵੀ ਸਾਡੇ ਫਿਲਮ 'ਤੇ, ਸਾਡੇ ਆਰਟਿਸਟਾਂ 'ਤੇ, ਸਾਡੀ ਇੰਡਸਟਰੀ 'ਤੇ ਮਿਹਰ ਕਰਨ, ਅਤੇ ਇੱਥੋਂ ਕੋਈ ਖਾਲੀ ਤਾਂ ਜਾਂਦਾ ਨਹੀਂ ਜੀ। ਸੋ ਧੰਨਵਾਦ। ਕੀ ਖਾਸ ਵੇਖੇਗਾ ਪੰਮੇ ਭਾਈ? ਬਸ ਜੋ ਪਹਿਲਾਂ ਮਾਹੌਲ ਸੀ ਉੱਦਾਂ ਦਾ ਮਾਹੌਲ ਹੀ ਹੈ। ਉਦੋਂ ਡਬਲ ਆਏ, ਟੂ ਆ ਤਾਂ ਹੁਣ ਡਬਲ ਹੋਊਗਾ। ਠੀਕ ਹੈ ਜੀ। ਹਾਂ ਖਾਸ ਇਹ ਹੈ ਕਿ ਜੀ ਫਿਲਮ ਜਿਹੜੀ ਹੈਗੀ ਪਾਰਟ 2 ਆ ਰਿਹਾ, ਨਵੇਂ ਕਿਰਦਾਰ ਆ ਰਹੇ, ਨਵੀਂ ਕਹਾਣੀ ਹੈ। ਸੋ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਔਰ ਅਸੀਂ ਮਹਾਰਾਜ ਦਾ ਸਰੀਰ ਬਾਹਰ ਲੈਣ ਵਾਸਤੇ ਇੱਥੇ ਆਏ ਸੀਗੇ। ਸੋ ਸਾਰੀ ਟੀਮ ਨੇ ਜਿੰਨੀ ਮਿਹਨਤ ਕਰੀ ਉਹਨੂੰ ਭਾਗ ਲਾਵੇ ਮਹਾਰਾਜ। ਜਦੋਂ ਫਿਲਮ ਸ਼ੁਰੂ ਜਦੋਂ ਹੋਈ ਸੀ ਵਾਰਨਿੰਗ, ਉਦੋਂ ਇੱਕ ਐਪੀਸੋਡ ਸੀ ਕਿ ਲੱਗਦਾ ਸੀ ਕਿ ਇੰਨਾ ਲੋਕ ਪਿਆਰ ਦੇਣਗੇ ਕਿ ਵਾਰਨਿੰਗ 2 ਬਣ ਜੂਗੀ? ਨਹੀਂ ਨਹੀਂ, ਕਦੇ ਨਹੀਂ ਸੋਚਿਆ ਸੀ। ਹੁਣ ਲੱਗਦਾ ਵਾਰਨਿੰਗ 3 ਵੀ ਆਊਗੀ ਅੱਗੇ ਕਰ। ਬਾਬੇ ਦੀ ਮਿਹਰ ਆ, ਔਰ ਮੈਨੂੰ ਲੱਗਦਾ ਕਿ ਹੁਣ ਇਹ ਸਿਲਸਿਲਾ ਚੱਲਦਾ ਰਹੂਗਾ। ਠੀਕ ਹੈ ਜੀ। ਜੀ ਜੀ।